ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਆਪਣਾ ਅਜੇ ਵਿਸ਼ਾ ਮੁੱਕਿਆ ਨਹੀਂ ਹੈ ਕਿ ਮਨ ਕਿਵੇਂ ਕਾਬੂ ਆਵੇ, ਕਿਉਂਕਿ ਇਹ ਆਮ ਤੌਰ 'ਤੇ ਹਰ ਇੱਕ ਦੀ ਸ਼ਿਕਾਇਤ ਹੈ ਕਿ ਪਾਠ ਕਰਦੇ ਹਾਂ ਜਾਂ ਸਿਮਰਨ ਕਰਦੇ ਹਾਂ ਤਾਂ ਮਨ ਕਾਬੂ ਨਹੀਂ ਆਉਂਦਾ। ਬਾਣੀ ਕਹਿੰਦੀ ਹੈ ਕਿ ਚਿੰਤਤ ਹੀ ਦੀਸੇ ਸਭ ਕੋਏ, ਚੇਤੇ ਏਕ ਤਹੀ ਸੁਖ ਹੋਏ। ਇੱਕ ਨੂੰ ਚੇਤੇ ਕਰਨ ਨਾਲ ਸੁਖ ਹੋਏਗਾ। ਜਿੰਨੀ ਸਾਡੀ ਦ੍ਰਿਸ਼ਟੀ ਬਾਹਰ ਨੂੰ ਫੈਲੇਗੀ ਉਤਨੀ ਸਿੱਖ ਲੱਗੇਗਾ ਇਹਨੂੰ। ਘਰਾਂ 'ਚ ਦੇਖ ਲਓ, ਜਿੰਨੇ ਅਸੀਂ ਪੈਰ ਫੈਲਾਉਂਦੇ ਹਾਂ ਉਤਨੇ ਹੀ ਦੁੱਖ ਕਲੇਸ਼ ਵੱਧਦੇ, ਫਿਕਰ ਚਿੰਤਾ ਵੱਧਦੀ ਹੈ। ਪਰ ਸਾਨੂੰ ਆਦਤ ਪਈ ਹੈ, ਸੁਭਾਅ ਪਿਆ ਹੋਇਆ, ਕਿਉਂਕਿ ਸਾਡੀ ਬਿਰਤੀ, ਸਾਡਾ ਧਿਆਨ ਬਾਹਰ ਰੁਖੀ ਹੋਣ ਕਰਕੇ ਬਹੁਤ ਸਾਰੀਆਂ ਚੀਜ਼ਾਂ ਵੱਲ ਸਾਡਾ ਧਿਆਨ ਹੈ। ਅਤੇ ਉਹਨਾਂ 'ਚ ਪਲਟ ਪਲਟ ਸਗਲੀ ਮੂਹੀ, ਝੂਠੇ ਧੰਦੇ ਮੋਹ। ਜਿੰਨੀ ਚੱਲਣ ਜਾਣਿਆ ਸੋ ਕਿਉਂ ਕਰੇ ਵਿਥਾਰ ਵਿਥਾਰ ਵਿਸਥਾਰ। ਅਸੀਂ ਜਾਣ ਬੁੱਝ ਕੇ ਵਿਸਥਾਰ ਕਰਦੇ ਹਾਂ ਕਿਉਂਕਿ ਸਾਨੂੰ ਸਵਾਦ ਪਿਆ ਹੋਇਆ। ਇੱਧਰ ਚੱਕਿਆ ਪਹਿਲਾਂ ਬਿਰਤੀਆਂ ਦੇਖ ਲਓ, ਜਿੱਧਰ ਚੱਕਦੇ ਹਾਂ ਉਸੇ ਖੁੱਭ ਜਾਂਦੇ ਹਾਂ, ਨਵੀਆਂ ਨਵੀਆਂ ਚੀਜ਼ਾਂ ਦੇਖਣ ਜਾਂਦੇ ਹਾਂ। ਉਹ ਘਰ 'ਚ ਡਰਾਮਾ ਹੋ ਰਿਹਾ, ਉਹ ਨਹੀਂ ਦੇਖ ਤਾਂ ਸਿਨੇਮਾ 'ਚ ਜਾ ਕੇ ਦੇਖਦੇ, ਨਾ 40-50 ਰੁਪਏ ਨਾ ਨੀਂਦ ਖਰਾਬ ਕਰਦੇ ਹਾਂ। ਫਿਰ ਪਹਿਲਾਂ ਸ਼ੁਰੂ ਤੋਂ ਲਈਏ ਜੀਵਨ ਖਾਣ ਪੀਣ ਦੇ ਪਹਿਲਾਂ ਫਸ ਪਏ। ਸਵੇਰੇ ਉੱਠਦੇ ਹਾਂ ਫਿਕਰ ਪੈ ਜਾਂਦਾ ਵੀ ਅੱਜ ਕੀ ਚਾੜਨਾ, ਅੱਜ ਕੀ ਖਾਣਾ। ਇਹ ਸਾਨੂੰ ਚਾਹ ਦੱਸਿਆ ਪਈ ਮੁਕਦਾ, ਜੇ ਕੋਈ ਤਾਂ ਉਹ ਕਹਿੰਦੀ ਨਹੀਂ ਫਲਾਨੇ ਮਸਰਾਂ ਦੀ ਦਾਲ ਨਾਲ ਫਲਾਨਾ ਨਹੀਂ ਮੈਚਿੰਗ ਨਹੀਂ ਹੁੰਦਾ, ਉਹ ਮੈਚਿੰਗ 'ਚ ਫਸੇ ਹੈ, ਚੌਲਾਂ ਨਾਲ ਆਹ ਨਹੀਂ ਹੁੰਦੀ, ਰੋਟੀਆਂ ਨਾਲ ਆਹ ਨਹੀਂ ਹੁੰਦੀ, ਉਹ ਹੈ ਨਾ ਮੈਚਿੰਗ 'ਚ ਫਸੇ ਪਏ। ਫਿਰ ਪੀਣ ਵਿੱਚ ਕਹਿੰਦੇ ਜੀ ਫਲਾਨੀ ਸ਼ਰਾਬ ਚੰਗੀ ਹੈ, ਕਹਿੰਦੇ ਜੀ ਨਹੀਂ ਕੋਕੋ ਕੋਲਾ ਚੰਗਾ ਹੈ, ਕੋਈ ਚਾਹ ਮੰਗਦਾ ਹੈ, ਕੋਈ ਕਾਫੀ ਮੰਗਦਾ ਹੈ, ਕਿਤਨਾ ਕੁਛ ਮਨ ਨੂੰ ਵਜਾਇਆ, ਜੀਵ ਨੂੰ ਲਟਕਾਇਆ ਹੋਇਆ ਨਾ। ਖਾਣ ਪੀਣ ਵਿੱਚ ਇਤਨੇ ਮਸਤ ਹੋਏ ਹੋਏ ਹੈ, ਸਾਡੀ ਬਿਰਤੀ ਖੁੱਭੀ ਪਈ ਹੈ। ਮੈਂ ਵਿਸਥਾਰ ਨਹੀਂ ਕਰਨਾ ਕਿਉਂਕਿ ਮੈਂ ਬਹੁਤ ਕੁਛ ਦੇਖਿਆ ਹੈ, ਸੁਣਿਆ ਹੈ ਪ੍ਰੈਕਟੀਕਲ। ਜਨਾਨੀਆਂ ਦਾ ਤਾਂ 24 ਘੰਟੇ, ਸਵੇਰੇ ਉੱਠੇ ਫਿਕਰ ਪੈ ਗਿਆ ਵੀ ਅੱਜ ਨਾਸ਼ਤਾ ਕਾਹਦਾ ਕਰਨਾ ਹੈ, ਪਹਿਲਾਂ ਬੈੱਡ ਟੀ ਚਾਹੀਦੀ ਹੈ ਉੱਠਦਿਆਂ ਨੂੰ, ਮੰਜੇ 'ਤੇ ਉੱਠਿਆ ਨਹੀਂ ਹੁੰਦਾ ਅਤੇ ਪਹਿਲਾਂ ਹੀ ਬੈੱਡ ਟੀ ਵਾਲਾ ਆ ਜਾਂਦਾ। ਮੈਂ ਕਿਸੇ ਦੇ ਘਰ ਗਿਆ, ਆਫਿਸਰ ਸੀਗਾ ਕੋਈ, ਅਤੇ ਸਾਰੇ ਸੁੱਤੇ ਪਏ, ਤੋ ਰੇੜੀ ਜੀ ਲੈ ਕੇ ਅਤੇ ਮੇਰੇ ਮੰਜੇ ਕੋਲ ਆ ਗਿਆ, ਕਹਿੰਦਾ ਜੀ ਲਓ ਜੀ ਬੈੱਡ ਟੀ। ਮੈਂ ਤਾਂ ਬੈਠੀ, ਮੈਂ ਤਾਂ ਉੱਠਣਾ ਨਹਾਉਣਾ ਧੋਣਾ, ਅਤੇ ਮੈਂ ਤਾਂ ਬੈਠੀ ਦੀ ਆਦਤ ਨਹੀਂ ਹੈ। ਕਹਿੰਦੇ ਜੀ ਅੱਛਾ, ਮੈਂ ਕਿਹਾ ਨਹੀਂ ਹੋਰ ਕਿਸੇ ਨੂੰ, ਮੈਂ ਤਾਂ ਨਾ ਧੋਤੀ। ਫਿਰ ਉਹ ਆਪਣੀ ਵਾਈਫ ਕੋਲ ਹੈ, ਲਓ ਜੀ ਬੈਠੀ ਲੇਡੀ ਸਾਹਿਬ, ਉਹ ਸੁੱਤੀ ਪਈ ਤਾਂ ਉਹਨੂੰ ਜਗਾ ਕੇ ਬੈਠੀ ਦਿੱਤੀ, ਅਤੇ ਫਿਰ ਉਹਨੇ ਫਿਰ ਉੱਠਿਆ। ਅਤੇ 8 ਵਜੇ ਨੂੰ, 9 ਵਜੇ ਜਾਣਾ ਹੁੰਦਾ, 8 ਵਜੇ ਨੂੰ ਬ੍ਰੇਕਫਾਸਟ, ਉਹ ਫਾਸਟ ਕਰਦਾ ਰਹਿ ਗਿਆ, ਚਾਹ ਨਾ ਤੋ ਬ੍ਰੇਕ ਹੋ ਗਿਆ। ਉੱਥੇ ਫਿਰ ਰੋਜ਼ ਉਹੀ ਜੀ ਕੀ ਖਾਓਗੇ ਬ੍ਰੇਕਫਾਸਟ ਲਈ, ਕੀ ਖਾਓਗੇ, ਕੋਈ ਸਿਆਪੇ ਨਹੀਂ ਮੁੱਕਦੇ। ਉਹ ਮੁੱਕਿਆ, ਫਿਰ ਲੰਚ ਆ ਗਈ, ਉਸੇ ਦਾ ਹੀ ਫਿਰ ਸਿਆਪਾ,
ਉਹ ਮੁਕਾਇਆ ਤੇ ਭਾਂਡੇ ਭੂੰਡੇ ਮਾਂਜੇ ਤੇ ਫਿਰ ਠੀਕ ਪੈ ਗਿਆ। ਫਿਰ ਇਹ ਹੋਇਆ ਕਿ ਫਲਾਣੀ ਚੀਜ਼ ਨਾਲ ਫਲਾਣੀ ਚੀਜ਼ ਮੈਚ ਨਹੀਂ ਹੁੰਦੀ, ਫਲਾਣੀ ਚੀਜ਼ ਨਾਲ ਫਲਾਣੀ ਚੀਜ਼ ਨਹੀਂ ਮੈਚ ਹੁੰਦੀ। ਮੈਂ ਕਈ ਦਫ਼ਾ ਪੁੱਛਦਾ ਹੁੰਦਾ ਵੀ ਇਹ ਕਿੱਥੇ ਕਿਹੜੀ ਕਿਤਾਬ ਤੇ ਲਿਖਿਆ ਮੀਨੂ ਤੁਹਾਡਾ? ਖੈਰ, ਕਹਿਣ ਦਾ ਮਤਲਬ ਇਹ ਸਾਡੇ ਖਾਣ ਪੀਣ ਵਿੱਚ ਹੀ ਅਸੀਂ ਮਸਤ ਹਾਂ। ਇੱਥੇ ਸਵਾਲ ਮੂਹਰੇ ਰੱਖਣਾ ਹੈਗਾ ਕਿ ਮਨ ਦੀਆਂ ਬਿਰਤੀਆਂ ਕਿਵੇਂ ਖਿੰਡਦੀਆਂ। ਸਵਾਲ ਇਹ ਹੈਗਾ, ਨੁਕਤਾ ਇਹ ਹੈ ਕਿ ਮਨ ਦੀਆਂ ਬਿਰਤੀਆਂ ਕਿਵੇਂ ਖਿੰਡਦੀਆਂ। ਅਸੀਂ ਇਹ ਬਿਰਤੀਆਂ ਆਪ ਖੰਡਾਈਆਂ ਤੇ ਆਪੇ ਹੀ ਫਸੇ ਹੋਏ ਹਾਂ। ਪਲਕ ਪਲਕ ਸਗਲੀ ਮੂਈ, ਝੂਠੇ ਤੰਦੇ ਮੋਹ ਝੂਠੇ। ਬਈ ਪੇਟ ਭਾਲਣਾ ਹੈ, ਸਿੰਪਲ ਲਿਵਿੰਗ, ਸਿੰਪਲ ਫੂਡ, ਸਿੰਪਲ ਡਰਿੰਕ, ਸਿੰਪਲ ਕੱਪੜੇ ਪਹਿਨੋ। ਫਿਰ ਇਹਦੇ ਨਾਲ ਆਹ ਮੈਚ ਨਹੀਂ ਹੁੰਦਾ, ਇਹਦੇ ਨਾਲ ਆਹ ਮੈਚ ਨਹੀਂ ਹੁੰਦਾ। ਇੱਕ ਦੁਹਾ ਸਾਡੇ ਘਰ ਕ੍ਰਾਈਸਿਸ ਹੋ ਗਿਆ, ਅਸੀਂ ਕਿਸੇ ਦੇ ਜਾਣਾ ਸੀਗਾ, ਸਾਡੀ ਨੂੰਹ ਛੋਟੀ ਉਹ ਬਹੁਤ ਮੈਚਿੰਗ ਵਾਲੀ ਸੀਗੀ ਤੇ ਉਹ ਤਾਂ ਸਾਰਾ ਸਿਰ ਤੋਂ ਲੈ ਕੇ ਪੈਰ ਤੱਕ ਸਭ ਮੈਚਿੰਗ ਹੋਇਆ ਸੀ। ਉਹ ਜਿਹੜੇ ਹੈਂਡਬੈਗ ਸੀ ਉਹ ਮੈਚਿੰਗ ਹੈ ਨਹੀਂ, ਉਹ ਕਹਿੰਦੀ ਮੈਂ ਤਾਂ ਨਹੀਂ ਪਾਚੀ ਤੇ ਜਾਣਾ ਤਾਂ ਮੇਰਾ, ਮੈਨੂੰ ਤਾਂ ਟੋਕ ਤੇ ਕੋਈ ਹੋਏ ਹੋਏ ਰੱਬ ਨੇੜੇ ਹੈ ਕਿ ਲੋਕ ਨੇੜੇ ਹੈ। ਉਹ ਬੜੀ ਮੁਸ਼ਕਿਲ ਨਾਲ ਉਹਨੂੰ ਮਨਾਇਆ, ਚੱਲ ਰਾਹ ਬਾਜ਼ਾਰ ਜੀ ਹੋ ਚੱਲਦੇ ਉੱਥੇ ਤੂੰ ਮੈਚਿੰਗ ਦੇ। ਸੋ ਸਾਡੀ ਇਹ ਮੈਚਿੰਗ 'ਚ ਪੂਰਾ ਨਹੀਂ ਹੁੰਦਾ, ਇਹ ਕਰੀਜ਼ ਵਿੱਚ ਆ ਦੇਖਿਆ ਤਾਂ ਇੱਥੇ ਚੁੰਨੀ 'ਚ ਇੱਕ ਖੁੰਝੇ ਥੇ ਬਲ ਪਿਆ, ਮੈਂ ਨਹੀਂ ਲੈ ਸਕਦੀ ਇਹ, ਇਹਨੂੰ ਹੁਣੇ ਕਰਾਓ। ਉਹ ਬਈ ਟਾਈਮ ਤਾਂ ਹੋਇਆ ਹੈ, ਕਹਿੰਦੇ ਨਹੀਂ ਹੁਣੇ ਇਹਨੂੰ ਇਹਦੀ ਬਲ ਕੱਢੋ। ਇੱਥੇ ਫਸੇ ਹੋਏ ਸਾਡੀ ਬਿਰਤੀ, ਜਿਸ ਬਿਰਤੀ ਨੇ ਇੱਕ ਨੂੰ ਚੇਤੇ ਕਰਨਾ ਹੈ ਉਹ ਅਸੀਂ ਕਿੱਥੇ ਫਸਾਈਏ, ਆਹ ਗੱਲ ਹੈ। ਹੁਣ ਇਹ ਦੁਨੀਆਂ ਦੇ ਖਾਣ ਪੀਣ ਦੇ ਵਿੱਚ ਹੀ ਫਸਾਈ ਹੈ ਤੇ ਫਿਰ ਉਹਦੇ 'ਤੇ ਇੰਨਾ ਕੁਛ ਕਰਨ ਵਾਸਤੇ ਦੋ ਦੋ ਸਬਜ਼ੀਆਂ, ਤਿੰਨ ਤਿੰਨ ਸਬਜ਼ੀਆਂ, ਨਾਲ ਫਲਾਨੀ ਚੀਜ਼ ਮੈਚਿੰਗ, ਨਾਲ ਫਲਾਨੀ ਚੀਜ਼ ਮੈਂ ਪਕੌੜੇ ਚਾਹੀਦੇ ਹੈ, ਨਾਲ ਪਾਪੜ ਚਾਹੀਦਾ ਹੈ, ਲੱਸੀ ਚਾਹੀਦੀ ਹੈ, ਫਲਾਨਾ ਚਾਹੀਦਾ ਹੈ, ਕਿਆ ਕੁਛ ਬਣਾ ਕੇ ਇਹਨਾਂ 'ਚ ਫਸੇ ਹੋਏ ਹੈ। ਤੇ ਫਿਰ ਉਹਦੇ ਵਾਸਤੇ ਮਾਇਆ ਬਹੁਤ ਚਾਹੀਦੀ ਹੈ, ਮਾਇਆ ਫਿਰ ਮਾਇਆ ਕਮਾਉਣ ਵਾਸਤੇ ਵੀ ਹੈ, ਤਨਖਾਹ ਨਾਲ ਤਾਂ ਗੁਜ਼ਾਰਾ ਨਹੀਂ ਹੁੰਦਾ। ਉਹ ਸ਼ਾਮ ਨੂੰ ਉਹ ਟਾਈਮ ਕਿਤੇ ਲਾਇਆ ਕਰੀਏ। ਫਿਰ ਉਹ ਬਿਰਤੀ ਹੈ ਨਾ, ਬਿਰਤੀ ਸੁਰਤੀ ਬਿਰਤੀ ਇੱਕ ਹੈ, ਲਾਉਣਾ ਤਾਂ ਉਸੇ ਨਾਮ ਨੇ। ਅਮਰ ਕਾਜ ਤੇਰੇ ਕਿਤੇ ਨਾ ਕੰਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਬਿਰਤੀ ਇੱਕ ਹੈ, ਉਹਨੇ ਨਾਮ ਜਪਣਾ ਹੈ ਜਾਂ ਰੱਬ ਵੱਲ ਧਿਆਨ ਕਰਨਾ ਹੈ ਤੇ ਉਹ ਬਿਰਤੀ ਅਸੀਂ ਕਿਵੇਂ ਖੜਾਈ ਪਈ ਹੈ, ਇਸ ਗੱਲ ਦਾ ਧਿਆਨ ਕਰੋ ਕਿਵੇਂ ਖੜਾਈ ਹੈ। ਤੇ ਸਿੰਪਲ ਲਿਵਿੰਗ, ਹਾਈ ਥਿੰਕਿੰਗ, ਆਹ ਲਫ਼ਜ਼ ਤੋਂ ਯਾਦ ਕਰ ਲਓ। ਤੇ ਜੇ ਕਹਿੰਦੇ ਤਾਂ ਤੁਹਾਨੂੰ ਕਿਤੇ ਫੁਰਸਤ ਮਾੜੀ ਮੋਟੀ ਮਿਲ ਜਾਏਗੀ ਨਾਮ ਜਪਣ ਦੀ, ਨਹੀਂ ਤਾਂ ਖਾਣ ਪੀ ਕੇ ਦਿਨ ਰਾਤ ਜਾਨਵਰਾਂ ਵਾਂਗੂ ਖਾ ਪੀ ਕੇ ਸੌ ਲਿਆ ਤੇ ਥੱਕ ਟੁੱਟ ਕੇ ਬਸ ਹੋ ਗਿਆ ਬਸ। ਰੱਬ ਨੂੰ ਤਾਂ ਕਿਸੇ ਨੂੰ ਚੇਤਾ ਹੀ ਹੈ ਨਹੀਂ। ਜੇ ਰੱਬ ਦਾ ਚੇਤਾ ਹੋਵੇ, ਜੇ ਜਮਾਂ ਤੋਂ ਡਰ ਹੋਵੇ ਤਾਂ ਅਸੀਂ ਇਹ ਬਿਰਤੀਆਂ ਇੱਧਰ ਉੱਧਰ ਖੰਡਾਉਣ ਦੀ ਬਜਾਏ ਰੱਬ ਵੱਲ, ਬਾਣੀ ਵੱਲ ਲਾਈਏ, ਸਿਮਨ ਵੱਲ ਲਾਈਏ। ਕਿਉਂਕਿ ਬਾਣੀ ਤਾਂ ਕਹਿੰਦੀ ਆ ਔਰ ਕਾਜ ਤੇਰੇ ਕਿਤੇ ਨਾ ਕੰਮ, ਤੇ ਜਿੰਨੇ ਤੂੰ ਕਰਦਾ ਫਿਰਦਾ ਬੈਚਿੰਗ ਮੂਚਿੰਗ ਖਾਣ ਪੀਣ ਦਾ ਤਮਾਸ਼ਾ, ਇਹ ਤਾਂ ਤੇਰੇ ਕਿਸੇ ਕੰਮ ਨਹੀਂ ਹੋਏ, ਇਹ ਤਾਂ ਤੈਨੂੰ ਜਮਾਂ ਵੱਲ ਲੈ ਜਾ ਰਹੇ ਹੈ, ਇਹਦਾ ਜਮਾਂ ਤੇ ਡੰਡ ਪੈਣਗੇ ਸਿਰ ਤੇ ਜੇ ਤੂੰ। ਤੇ ਕਹਿੰਦੀ ਸੁੱਖ ਨਾ ਹੀ ਰੇ ਹਰ ਭਗਤ ਬਿਨਾਂ, ਤਾਂ ਅਸੀਂ ਭੁਲਾ ਕੇ ਸੁੱਖ ਪਾਲਦੇ ਹਾਂ। ਕਿੰਨੀ ਅਨੋਖੀ ਗੱਲ ਹੈ ਕਿ ਪੜ੍ਹੇ ਲਿਖੇ ਵੀ ਇਹ ਹੈ, ਅੰਗਰੇਜ਼ੀ ਬੋਲਦੇ ਹੈ ਤੇ ਮੈਂ ਗੱਲ ਨਹੀਂ ਕਰਨ ਦਿੰਦੇ ਕਿਸੇ ਨੂੰ, ਸਾਇੰਸ ਦਾਨ PhD ਫਲਾਨਾ ਧਮਕਾ ਤੇ ਐਸ ਖਲ ਜਗਨ ਚੋਂ ਨਹੀਂ ਨਿਕਲ ਸਕੇ। ਔਰ ਜਿੰਨੇ ਜ਼ਿਆਦਾ ਪੜ੍ਹੇ ਉਨੇ ਹੀ ਉਹ ਜ਼ਿਆਦਾ ਖੱਚਤ ਹੈਗੇ ਇਹ ਸਰੀਰ ਵਾਸਤੇ ਹੀ, ਫਿਰ ਇਸ ਦੀ ਕਮਾਈ ਕਰਨ ਵਾਸਤੇ ਵੀ ਇੰਨੇ ਜ਼ਿਆਦਾ ਖੱਚਤ ਹੋਏ ਹੈ। ਉਹ ਕਿਸੇ ਚੰਗਾ ਭਲਾ ਗੁਜ਼ਾਰਾ ਸਿੰਪਲ ਲਿਵਿੰਗ ਨਾਲ ਗੁਜ਼ਾਰਾ ਹੁੰਦਾ, ਉਹ ਨਹੀਂ ਮੈਂ ਤਾਂ ਇਹ ਤਾਂ ਬਈ ਗੁਜ਼ਾਰਾ ਨਹੀਂ, ਕਿਉਂਕਿ ਘਰ ਵਾਲੀਆਂ ਕਹਿੰਦੀਆਂ ਇਹ ਲਿਆਓ ਉਹ ਲਿਆਓ, ਨਵਾਂ ਇਹ
ਕਰਟਨ ਖਰਾਬ ਹੈ, ਮੈਂ ਫਲਾਣੇ ਦੇ ਦੇਖਿਆ, ਮੈਂ ਤਾਂ ਉਹ ਜਿਹਾ ਲੈਣਾ, ਮਗਰ ਪੈ ਜਾਂਦੀ ਮੈਨੂੰ ਘੰਟਾ ਚਾਹੀਦਾ ਨਵਾਂ, ਮੈਨੂੰ ਫਲਾਣਾ ਚਾਹੀਦਾ, ਜਦੋਂ ਖਰਚਾ ਪੂਰਾ ਨਹੀਂ ਹੁੰਦਾ ਤਾਂ ਫਿਰ ਰਿਸ਼ਵਤ ਖੋਰੀ ਤੇ ਫਿਰ ਡਰ ਰਹਿੰਦਾ ਹੈ, ਉਹ ਮਨ ਡਰਦਾ ਰਹਿੰਦਾ। ਡਰ ਜਿਹੜਾ ਹੈ ਇੱਕ ਪਾਪ ਹੈ। ਇਸ ਹਾਲਤ ਵਿੱਚ ਮਨ ਘਰ ਕਿਸ ਤਰ੍ਹਾਂ ਹੋਵੇ? ਔਰ ਇਹ ਯਾਦ ਰੱਖੋ, ਇਹ ਸਾਡੀਆਂ ਖਿੰਡੀਆਂ ਹੋਈਆਂ ਬਿਰਤੀਆਂ ਅੱਜ ਨੀ ਕੱਲ੍ਹ ਦੀਆਂ ਨੀ, ਇਸ ਜਨਮ ਦੀਆਂ ਨੀ, ਖਬਨੀ ਕਿੰਨੇ ਕੁ ਜਨਮਾਂ ਤੋਂ ਅਸੀਂ ਇਸ ਤਰ੍ਹਾਂ ਖੰਡਾਓ ਵਿੱਚ ਬਿਰਤੀ ਫੈਲੀ ਹੋਈ। ਔਰ ਉਹ ਆਦਤ ਸਿਰਫ ਆਦਤ ਤਾਂ ਇਸ ਉਮਰ ਦੀ ਹੁੰਦੀ ਹੈ, ਅੰਤਸ਼ਕਰਨ ਵਿੱਚ ਜਾ ਰਿਹਾ, ਇਹ ਤਾਂ ਇਕੱਠੀ ਹੋ ਹੀ ਨਹੀਂ ਸਕਦਾ, ਮਨ ਇਕਾਗਰ ਹੋ ਨਹੀਂ ਸਕਦਾ। ਤੇ ਜੇ ਕਿਤੇ ਮਾੜਾ ਕਿਤੇ ਵਿਹਲਾ ਹੁੰਦਾ ਨਾ ਮਨ, ਇਹ ਦੁਨੀਆਦਾਰੀ ਨੂੰ ਖਾਣ ਪੀਣ ਤੋਂ ਪਸ਼ੂ ਮੰਗੂ ਖਾ ਲਿਆ ਪੀ ਲਿਆ ਸੌਂ ਲਿਆ ਇਹ ਕੰਮ ਕਰ ਲਿਆ, ਜੇ ਇੱਕ ਵਿਹਲਾ ਕਿਤੇ ਹੁੰਦਾ ਹੈ ਤਾਂ ਸਾਡੇ ਅੰਦਰ ਹਾਈਕੋਰਟ ਦਾ ਰਿਕਾਰਡ ਰੂਮ ਰੱਖਿਆ ਹੋਇਆ ਹੈ, ਕਦੇ ਕਿਸੇ ਨੂੰ ਕਹਿ ਕੇ ਫਾਈਲ ਕੱਢ ਕੇ ਲੈਂਦੇ ਹਾਂ, ਉਹਨੂੰ ਕੱਢ ਕੇ ਉਹਦੇ ਨਾਲ ਲੜਾਈ ਕਰਨ ਲੱਗ ਪਏ ਨੇ, ਉਹਦੇ ਨਾਲ ਗੁੱਸਾ ਕਰਨ ਲੱਗ ਪਏ ਨੇ, ਉਹ ਅੰਦਰੋਂ ਹਵਾਰ ਨਿਕਲਦੀ ਹੈ ਸਾਡੇ ਅੰਤਸ਼ਕਰਨ ਵਿੱਚ। ਇਹ ਹਵਾਰ ਕਦੋਂ ਦੀ ਪਾਈ? ਜਨਮਾਂ ਜਨਮਾਂ ਤੋਂ ਯੂੜੀ ਪਾਈ ਹੋਈ ਹੈ ਅਤੇ ਹੁਣ ਵੀ ਪਾਈ ਜਾਂਦੇ ਹਾਂ, ਉਹਨਾਂ 'ਚ ਹਵਾਰ ਨਿਕਲਦੀ ਹੈ। ਜੇ ਤੁਸੀਂ ਮਨ ਨੂੰ ਇਕਾਗਰ ਕਰਨ ਲੱਗਦੇ, ਜਦੋਂ ਮਨ ਇਕਾਗਰ ਹੁੰਦਾ ਉਦੋਂ ਬਹੁਤਾ ਭੱਜਦਾ, ਕਹਿੰਦੇ ਊਂ ਤਾਂ ਨਹੀਂ ਭੱਜਦਾ, ਪਰ ਜਦੋਂ ਪਾਠ ਕਰਨ ਲੱਗਦੇ ਉਦੋਂ ਫਿਰ ਬਹੁਤਾ ਉਹ ਭੱਜੇ ਨਾ। ਉਹਦਾ ਉਹ ਜਿਹੜਾ ਰਿਕਾਰਡ ਫਾਈਲ ਅੰਦਰ ਰੱਖਿਆ ਰੂੜੀ, ਉਹਦੀ ਉਹਨੂੰ ਤਾਂ ਮਸਾਂ ਟਾਈਮ ਮਿਲਦਾ ਹੈ, ਤੁਹਾਡਾ ਮਨ ਜਦੋਂ ਮਾੜਾ ਜਿਹਾ ਬਾਹਰ ਜਾਣੋ ਹਟਦਾ ਹੈ ਤਾਂ ਉਹਨੂੰ ਟਾਈਮ ਮਿਲਦਾ ਹੈ। ਉਹ ਫਿਰ ਅਤੇ ਫਿਰ ਪੁਰਾਣੇ ਕਬਰਸਤਾਨ ਵੀ ਅੰਦਰ ਬਣਾਈ ਹੋਈ ਹੈ ਭਾਈ, ਅਸੀਂ ਉਹ ਮੇਰਾ ਪੁੱਤ ਸੀਗਾ, ਮੇਰੀ ਧੀ ਸੀ, ਮੇਰਾ ਜਵਾਈ ਸੀ, ਮੇਰਾ ਬਾਪੂ ਸੀ, ਮੇਰਾ ਚਾਚਾ ਸੀ, ਉਹ ਇਹ ਜਿਹਾ ਸੀ, ਉਹ ਇਹ ਜਿਹਾ ਸੀ, ਉਹਨਾਂ ਨੂੰ ਯਾਦ, ਉਹ ਮੁਰਦਿਆਂ ਨੂੰ ਜਗਾ ਲੈਂਦੇ ਹੈ, ਉਹਨਾਂ ਨੂੰ ਯਾਦ ਕਰਨ ਲੱਗ ਪੈਂਦੇ, ਮੁਰਦਿਆਂ ਨੂੰ ਕਬਰਸਤਾਨ ਬਣਾਇਆ ਹੋਇਆ ਆਪਣੇ ਅੰਦਰ। ਉਹ ਹੁਣ ਇਹ ਮਨ ਕੀ ਕਰੇ? ਮਨ ਇਕੱਲਾ ਹੈ, ਬਿਰਤੀ ਕੀ ਕਿਆ, ਇਹਨਾਂ 'ਚ ਫਸਾਇਆ ਹੋਇਆ, ਰੱਬ ਕਿੱਥੇ ਵੜੇ? ਇਸ ਹਾਲਤ ਵਿੱਚ ਅਸੀਂ ਬਿਲਕੁਲ ਵਿਵਾਹ ਹੋਪਲੈਸ ਕੇਸਿਸ ਕਰ ਲਓ, ਬਥੇਰਾ ਕਰੀ ਜਾਂਦੇ, ਜੋ ਉੱਚੀ ਉੱਚੀ ਵੀ ਪਾਠ ਕਰਦੇ ਹਾਂ ਜੀ, ਹਾਂ ਸੰਗਤ ਵੀ ਜਾਂਦੇ, ਉੱਥੇ ਬੈਠੇ ਬੈਠੇ ਹਾਂ ਜੀ, ਕੀ ਅੱਜ ਵਾਕ ਕੀ ਨਿਕਲਿਆ ਸੀ ਪੁੱਛੋ ਤਾਂ ਉੱਥੇ ਗਏ ਨੂੰ, ਕਿਆ ਜੀ ਅੱਜ ਹੁਕਮਨਾਮਾ ਕੀ ਸੀ, ਚੇਤਾ ਕਿਉਂਕਿ ਸੁਰਤੀ ਹੋਵੇ ਤਾਂ ਚੇਤਾ ਹੋਵੇ। ਇਹੀ ਜੀ ਸਾਡੀ ਹੋਪਲੈਸ ਕੇਸ ਹੋਇਆ ਅਤੇ ਇਸ ਨੂੰ ਇਹਦਾ ਇਲਾਜ ਬੜੀ ਭਾਰੀ ਗੱਲ ਹੈ, ਪਰਮਾਰਥ ਵਿੱਚ ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਜਿੰਨਾ ਚਿਰ ਨਿੱਕੇ ਹੁੰਦੇ ਅਸੀਂ ਉਹ ਗਲਾਸ ਹੁੰਦਾ ਸੀਗਾ ਟੁਕੜਾ, ਉਹ ਲੈ ਲੈਣਾ ਸੂਰਜ ਮੂਹਰੇ ਐਂ ਕਹਿ ਤਾਂ ਜਸਟ ਐਕਸਪੈਰੀਮੈਂਟ ਸਿੱਖ ਅਤੇ ਕਾਗਜ਼ ਹੇਠਾਂ ਰੱਖ ਕੇ ਇਕੱਠਾ ਕਰਨਾ, ਉਹ ਬਿੱਤੀਆਂ ਇਕੱਠੀਆਂ ਹੋ ਉਹਦੀਆਂ ਕਿਰਨਾਂ ਸੂਰਜ ਦੀਆਂ ਇਕੱਠੀਆਂ ਹੋ ਕੇ ਇੱਕ ਬਣ ਜਾਂਦੀ ਹੈ ਅਤੇ ਉਹ ਅੱਗ ਲਾ ਦਿੰਦੀ ਹੈ। ਅਤੇ ਮਤਲਬ ਇਹ ਹੈ ਕਿ ਬਿੱਤੀਆਂ ਸਾਡੀਆਂ ਜਿਹੜੀਆਂ ਹੁਣ ਖਿੰਡੀਆਂ ਹੋਈਆਂ ਇਹ ਇਕੱਠੀਆਂ ਹੋ ਕੇ ਤੁਹਾਡੇ ਅੰਦਰ ਵੜਨੀਆਂ ਹੈ, ਤਾਂ ਤੁਹਾਨੂੰ ਉਹ ਟੱਚ ਹੋਏਗੀ ਜਾ ਕੇ। ਤੁਹਾਡੀ ਆਤਮਾ ਤਾਂ ਹਰ ਇੱਕ ਦੇ ਅੰਦਰ ਬੈਠੀ ਹੈ, ਰੱਬ ਤਾਂ ਤੁਹਾਡੇ ਅੰਦਰ ਬੈਠਾ ਹੈ, ਉਹਨੂੰ ਟੱਚ ਤਾਂ ਦੇ ਹੋਏਗੀ ਜੇ ਸਾਰੀਆਂ ਇਕੱਠੀਆਂ ਹੋ ਕੇ। ਜਿਵੇਂ ਉਹ ਆਤਿਸ਼ ਸ਼ੀਸ਼ਾ ਹੁੰਦਾ ਹੈਗਾ, ਉਹ ਦੇ ਵਿੱਚ ਦੀ ਸਾ ਜਿੰਨੀਆਂ ਉੱਥੇ ਮਿਲੀਅਨਸ ਆਫ ਰੇਸ ਇਕੱਠੀਆਂ ਹੋ ਕੇ ਕੰਸਨਟਰੇਟ ਹੋ ਕੇ ਇੱਕ ਰੇ ਬਣ ਜਾਂਦੀ ਹੈ ਅਤੇ ਉਹ ਅੱਗ ਨੂੰ ਸਾੜ ਦਿੰਦੀ ਹੈ। ਸਾਡੇ ਪਾਪਾਂ ਨੂੰ ਸਾੜਨ ਵਾਸਤੇ ਇਹੋ ਇੱਕ ਤਰੀਕਾ ਹੈ ਕਿ ਇਹ ਬਾਹਰ ਖਿੰਡੀਆਂ ਚਿੰਤਤ ਹੀ ਦੀ ਸਹਿ ਸਭ ਕੋਏ, ਸਾਰੇ ਚਿੰਤਾ ਚਿੰਤ ਚਿੰਤਤ ਮਨ ਚੇਤੇ ਵਿੱਚ ਖਿਆਲ ਵਿੱਚ ਮਸਤ ਹੈਗੇ ਚੇਤੇ ਇੱਕ, ਜੇ ਤੁਸੀਂ ਸੁੱਖ ਚਾਹੁੰਦੇ ਤਾਂ ਇੱਕ ਚੇਤੋ। ਬੜੇ ਸਿਆਣੇ ਹੋ ਤੁਸੀਂ, ਮੇਰੇ ਵਰਗਾ ਸਿਆਣਾ ਦੇਖੋ ਜੀ, ਮੈਂ ਕਿੰਨਾ ਜਾਇਦਾਦ ਬਣਾ ਲਈ, ਮੈਂ ਇਹ ਕਰ ਲਿਆ, ਮੈਂ ਉਹ ਕਰ ਲਿਆ, ਕੀ ਜਾਇਦਾਦ ਬਣਾ ਲਈ, ਐਟ ਦੀ ਕੋਸਟ ਆਫ ਵਾਟ, ਇਹਦੀ ਕੀਮਤ ਤੈਨੂੰ ਕੀ ਦੇਣੀ ਪਈ? ਰੱਬ ਨੂੰ ਭੁਲਾ ਕੇ ਸਭ ਕੁਝ ਬਣਾਇਆ ਤੁਸੀਂ, ਰੱਬ ਨੂੰ ਭੁਲਾ ਕੇ ਤੇ ਕੀ ਆ ਇੱਥੇ ਛੱਡ ਜਾਣਾ? ਕੋਠੇ ਮੰਡਪ ਮਾੜੀਆਂ ਉਹ ਸਾੜਦੇ ਵੀ ਗਏ, ਕੂੜਾ ਕੂੜਾ ਲਾਲਚ ਕਰਕੇ ਗੋਰੀ ਜਾਏ ਪਏ, ਸਾਡਾ ਵੀ ਹਾਲ ਹੋਣਾ।
ਤੇ ਉਹ ਚੀਜ਼ ਨੂੰ ਜਿਹੜੀ ਛੱਡ ਜਾਣੀ ਹੈ ਉਹਦੇ ਵਾਸਤੇ ਦਿਨ ਰਾਤ ਅਸੀਂ ਆਪਣੀਆਂ ਬਿਰਤੀਆਂ ਨੂੰ ਬਾਹਰ ਮੁਖੀ ਕਰਦੇ ਤੇ ਇਹ ਤਾਂ ਵਾਪਸ ਕਰਨਾ ਹੋ ਉਲਟੀ ਦੇ ਸਾਕਰ ਸਿਓ ਕਰ ਉਲਟੀ ਦੇ ਲੋਕਾਂ ਬਾਹਰ ਜਾਂਦਾ ਜੇ ਤੂੰ ਭਾਈ ਰੱਬ ਨੂੰ ਮਿਲਣਾ ਜੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਆ ਜੇ ਸੁੱਖ ਚਾਹੁੰਦਾ ਇਹਨਾਂ ਬਾਹਰ ਮੁਖੀ ਹਾਂ ਜੀ ਇਹ ਸਰੀਰ ਹੈ ਇਹਨੂੰ ਪਾਲਣਾ ਹੈ ਖਾਣਾ ਹੈ ਪੀਣਾ ਹੈ ਕੰਮ ਕਰਨਾ ਹੈ ਪਰ ਬਈ ਕਿਵੇਂ ਕਰਨਾ ਹੈ ਸਾਚ ਨਾਮ ਸਿਓ ਮੇਰਾ ਮਨ ਲਾਗਾ ਤੇ ਇਸ ਇਹ ਕੰਮ ਕਰਨ ਵਾਸਤੇ ਲੋਗਨ ਸਿਓ ਮੇਰਾ ਠਾਠਾ ਬਾਗਾ ਇਹ ਐਂ ਕਰਕੇ ਕਰੋਗੇ ਤਾਂ ਸਭ ਕੁਝ ਸਾਡੀ ਜ਼ਿੰਦਗੀ ਸਾਡੀ ਅਪਰੋਚ ਸਾਡੀ ਮੈਂਟੈਲਿਟੀ ਸਾਡੀ ਐਜੂਕੇਸ਼ਨ ਸਾਡੀ ਇੰਟੈਲੀਜੈਂਸ ਸਭ ਚੀਜ਼ ਚੇਂਜ ਹੋਣੀ ਹੈ ਰਾਈਟ ਅਬਾਉਟਨ ਨਾਲ ਹਾਫ ਵੇ ਨਹੀਂ ਹੈ ਕਿ ਰਾਈਟ ਕਰ ਲਿਆ ਤੇ ਬੈਠ ਇਹ ਤਾਂ ਫੇਰ ਹੋਊਗਾ ਇਹ ਤਾਂ ਰਾਈਟ ਅਬਾਊਟ ਟਰਨ ਕਰਨਾ ਪਊਗਾ ਉਹ ਜਿੱਧਰੋਂ ਜਿੱਧਰ ਨੂੰ ਮੂੰਹ ਹੈ ਉਸ ਨੂੰ ਪਾਸੇ ਪਿੱਠ ਕਰੋ ਤੇ ਜਿੱਧਰ ਪਿੱਠ ਦਿੱਤੀ ਹੈ ਰੱਬ ਵੱਲ ਉੱਧਰ ਮੂੰਹ ਕਰੋ ਰਾਈਟ ਅਬਾਊਟ ਟਰਨ ਉਹਨੂੰ ਕਹਿੰਦੇ ਆ ਹੁਣ ਇਹ ਕਿਵੇਂ ਹੋਏਗੀ ਬਈ ਆਪਣੇ ਆਪ ਤਾਂ ਹੋ ਨਹੀਂ ਸਕਦੀ ਸਾਰੇ ਜ਼ੋਰ ਲਾ ਕੇ ਥੱਕ ਗਏ ਗਿਆਨ ਧਿਆਨ ਕਰਕੇ ਬਥੇਰੇ ਹੱਠ ਯੋਗ ਕਰਦੇ ਹਾਂ ਉੱਚੀ ਉੱਚੀ ਵੋ ਪਾਠ ਕਰਦੇ ਹਾਂ ਉੱਚੀ ਬਈ ਨਾ ਨਹੀਂ 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 ਇਸ ਤਰ੍ਹਾਂ ਨਹੀਂ ਹੋਣਾ ਉਹਦੀ ਵਜ੍ਹਾ ਇਹ ਹੈ ਸੁਣ ਲਓ ਆਪਣੇ ਆਪ ਕਿਉਂਕਿ ਜਨਮਾਂ ਜਮਾਤਰਾਂ ਤੋਂ ਸਾਡੇ ਮਨ ਨੂੰ ਆਦਤ ਪਈ ਹੋਈ ਹੈ ਸੰਸਕਾਰ ਬਣ ਚੁੱਕਿਆ ਹੈ ਬਾਹਰ ਮੁਖੀ ਹੋ ਭੱਜਣ ਦੇ ਖਿੰਡਣ ਦੇ ਡਿਸਟ੍ਰੈਕਸ਼ਨ ਦੇ ਤੇ ਇਹ ਆਦਤ ਪਈ ਨਹੀਂ ਸਿਰਫ ਆਦਤ ਨਹੀਂ ਸਾਡੀ ਤਾਂ ਨੇਚਰ ਬਣ ਚੁੱਕੀ ਹੈ ਇਹਨੂੰ ਮੋੜ ਕੇ ਲਿਆਉਣ ਵਾਸਤੇ ਕਹਿੰਦੇ ਧਰਤੀ ਵਿੱਚ ਗ੍ਰੈਵਿਟੀ ਹੈ ਧਿਆਨ ਕਰੋ ਧਰਤੀ ਵਿੱਚ ਗ੍ਰੈਵਿਟੀ ਪਾਵਰ ਹੈ ਉਹ ਆਪਣੇ ਵੱਲ ਨੂੰ ਖਿੱਚਦੀ ਹੈ ਪਾਣੀ ਇਹ ਧਰਤੀ ਦੀ ਗ੍ਰੈਵਿਟੀ ਪਾਣੀ ਥੱਲੇ ਨੂੰ ਖਿੱਚਦੀ ਹੈ ਕਿਤੇ ਰੋੜਦੇ ਉਹਨੇ ਥੱਲੇ ਨੂੰ ਜਾਣਾ ਹੁਣ ਅਸੀਂ ਦੇਖਦੇ ਹਾਂ ਰੋਜ਼ ਸਾਡੇ ਤਜਰਬੇ ਵਿੱਚ ਆਉਂਦਾ ਪਰ ਅਸੀਂ ਉਹ ਤਜਰਬੇ ਵਿੱਚ ਕਰਕੇ ਵੀ ਸਾਨੂੰ ਖਿਆਲ ਨਹੀਂ ਆਉਂਦਾ ਕਿ ਇਸ ਪਾਣੀ ਨੂੰ ਉੱਪਰ ਚੜ੍ਹਨ ਵਾਸਤੇ ਕਿੰਨੀ ਪਾਵਰ ਦੀ ਜ਼ਰੂਰਤ ਹੈ ਜੀ ਇਹ ਤਾਂ ਬਹੁਤ ਡੂੰਘਾ ਪਾਣੀ ਇੱਥੇ 6 ਹਾਰਸ ਪਾਵਰ ਦਾ ਇੰਜਨ ਨਹੀਂ ਚੱਲੇਗਾ ਇੱਥੇ 10 ਹਾਰਸ ਪਾਵਰ ਦਾ ਚਾਹੀਦਾ ਹੈਗਾ ਉਹ ਜਿੰਨਾ ਡੂੰਘਾ ਉਨਾ ਹੀ ਜ਼ਿਆਦਾ ਹਾਰਸ ਪਾਵਰ ਦਾ ਪਾਵਰ ਵਾਲਾ ਇੰਜਨ ਚਾਹੀਦਾ ਮਤਲਬ ਇਹ ਹੈ ਕਿ ਆਪਣੇ ਆਪ ਤਾਂ ਪਾਣੀ ਉੱਪਰ ਨੂੰ ਜਾਣਾ ਹੀ ਨਹੀਂ ਨਾ ਪਾਵਰ ਚਾਹੀਦਾ ਹੈ